और मोगा के थाना चालिक के साथ लगते सुए के पास एक युवक का लावारिस अवस्था में शव मिला है। युवक के पास नशे में इस्तेमाल होने वाली सिरिंज भी मिली है। शव की अभी शिनाख्त नहीं हो पाई है। पुलिस ने कहा कि सामाजिक कार्यकर्ता गुर सेवक सिंह ने हमें चालिक के पास से एक शव मिलने की सूचना दी थी। शव को 72 घंटे के लिए मोर्चरी में रखवा दिया है। पुलिस मामले की जाँच पड़ताल कर रही है। ਇਹ ਸਰ ਸੁਬਹਾ ਸਾਨੂੰ PCR ਵਾਲਿਆਂ ਦਾ ਰੈਪਿਡ ਰੂਰਲ ਗੱਡੀ ਵਾਲਿਆਂ ਦਾ ਫੋਨ ਆਇਆ ਸੀ ਥਾਣੇ ਚੜਿੱਕ ਵੀ ਇੱਕ ਅਣਪਛਾਤੀ ਲਾਸ਼ ਪਈ ਆ ਲੜਕੇ ਦੀ। ਉਸ ਟਾਈਮ ਅਸੀਂ ਮੌਕੇ 'ਤੇ ਪਹੁੰਚੇ ਜੀ, ਪਰ ਇਹਦੀ ਪਹਿਚਾਣ ਨਹੀਂ ਹੋ ਸਕੀ। ਠੀਕ ਹੈ ਜੀ। ਅਤੇ ਅਸੀਂ ਐਪਲੀਕੇਸ਼ਨ ਲੈ ਕੇ ਡਾਕਟਰ ਸਾਹਿਬ ਤੋਂ ਆਪਣੀ ਐਪਲੀਕੇਸ਼ਨ ਦੇ ਕੇ ਅਤੇ ਡੈੱਡ ਹਾਊਸ 'ਚ ਲਾਸ਼ ਲਵਾਉਣ ਲੱਗੇ ਹਾਂ ਜੀ। ਉਸ ਤੋਂ ਬਾਅਦ ਦੇ ਵਿੱਚ ਜਦੋਂ ਪਹਿਚਾਣ ਹੋ ਗਈ ਅਤੇ ਲਾਸ਼ ਜਿਹੜੀ ਵਾਰਸਾਂ ਦੇ ਹਵਾਲੇ ਕਰ ਦਿੱਤੀ। ਕੀ ਲੱਗ ਰਿਹਾ ਦੇਖਣ 'ਤੇ ਮੌਕੇ 'ਤੇ? ਮੌਕੇ 'ਤੇ ਸਾਰੇ ਦਾ ਨਸ਼ਾ ਕੀਤਾ ਸੀ ਕੋਲੋਂ। ਇਹ ਸਾਨੂੰ ਇੱਥੋਂ ਪੁਲਿਸ ਮੁਲਾਜ਼ਮਾਂ ਦਾ ਫੋਨ ਗਿਆ ਸੀਗਾ ਵੀ ਇੱਥੇ ਇੱਕ ਡੈੱਡ ਬੋਡੀ ਪਈ ਹੈ ਬੱਚੇ ਦੀ, ਉਹੀ ਚੱਕਣ ਆਏ ਹਾਂ। ਕਿਉਂਕਿ ਮੁੰਡਾ 22-23 ਸਾਲ ਦੇ ਕਰੀਬ ਇਹਦੀ ਉਮਰ ਹੈ, 24 ਦੇ ਹੋਊਗੀ। ਨੌਜਵਾਨ ਮੁੰਡਾ ਇੰਜੈਕਸ਼ਨ ਲਾ ਕੇ ਮੌਤ ਹੋਈ ਹੈ ਇਹਦੀ, ਕਿਉਂਕਿ ਓਵਰਡੋਜ਼ ਨਾਲ। ਮੈਂ ਤਾਂ ਇੱਕ ਗੱਲ ਕਹਿਣੀ ਚਾਹੂੰਗਾ ਨੌਜਵਾਨ ਮੁੰਡਿਆਂ ਨੂੰ ਵੀ ਅਤੇ ਸਰਕਾਰ ਨੂੰ ਵੀ। ਸਰਕਾਰ ਦਾਅਵੇ ਤਾਂ ਬਹੁਤ ਕਰੀ ਜਾਂਦੀ ਹੈ ਵੀ ਅਸੀਂ ਨਸ਼ਾ ਖਤਮ ਕਰਤਾ, ਪਰ ਜਿਹੜਾ ਇਹੋ ਜਿਹੇ ਨੌਜਵਾਨ ਮੁੰਡੇ ਹੀ ਚੱਕਦੇ ਉਦੋਂ ਲੱਗਦਾ ਨੀਗਾ ਵੀ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ। ਨਸ਼ੇ ਦਾ ਦੌਰ ਤਾਂ ਦਿਨ